ਕਾਤਾ ਦਾ ਜਥੇਦਾਰ ਸਾਹਿਬ ਦਾ ਉਹ ਸਾਰੇ ਸੰਤ ਉਹ ਇਕੱਠੇ ਹੋ ਗਏ ਇਕੱਠੇ ਹੋ ਕੇ ਉਹਨਾਂ ਨੇ ਫੈਸਲਾ ਲੈ ਲਿਆ 22 ਤਰੀਕ ਨੂੰ ਸੈਂਟ ਆਕਸ ਬੁਲਾਰ ਦਾ ਯੂਪੀ ਜੀ ਵੀ ਇਹ ਜਿੱਤ ਦਾ ਬੁਲਾਰ ਤੇ ਭੁਲਾਰ ਆਇਆ ਯੂਪੀ ਜੀ ਬੰਦੇ ਬੰਦੇ ਬਾਹਰ ਇਸ ਕਰਕੇ ਇਹ ਕਾਫੀ ਹੈ ਜਿਹੜਾ ਮੋਰਚਾ ਨਾ ਇਹਦੇ ਵਿੱਚ ਕਾਫੀ ਮਤਲਬ ਜਿੱਥੇ ਆਪਾਂ ਕਾਲ ਦਿੰਦੇ ਹਾਂ ਆਪਾਂ ਉੱਥੇ ਕਾਲ ਦਿੱਤੀ ਮੁਜ਼ੱਫਰਨਗਰ ਦੇਖਿਆ 15 ਲੱਖ ਤੋਂ ਕੱਟ ਉੱਤੇ ਸੀਗੇ ਕਿੰਨਾ ਸੀ ਇਕੱਠ ਉਦੋਂ ਗਏ ਹਾਂ ਪ੍ਰਧਾਨ ਜੀ ਆਪਾਂ ਕੇ ਉੱਥੇ ਬੱਸ ਭਰ ਕੇ ਗਏ ਹਾਂ ਇਸ ਕਰਕੇ ਲੋਕਾਂ ਨੂੰ ਜਦੋਂ ਵੀ ਹੋਇਆ ਇਹ ਗੱਲ ਨਹੀਂ ਹੈ ਜਿੱਥੇ ਲੋਕ ਇੱਕਦਮ ਖੜਦੇ ਗਏ ਸੀ ਹੁਣ ਲੋਕਾਂ ਦੇ ਮਨ 'ਚ ਗੁੱਸਾ ਆ ਜਾਂਦਾ ਜਿਉਂ ਜਿਉਂ ਇਹ ਨੰਮਾ ਲਿਜਾਈ ਜਾਂਦਾ ਸੰਤ ਮਹਾਰਾਜ ਇਕੱਠੇ ਹੋਣ ਲੱਗ ਗਏ ਉਹ ਜਸਵੀਰ ਉੱਡੇ ਨੇ ਇਹਨਾਂ ਨੇ ਸਾਰਿਆਂ ਨੇ ਮੀਟਿੰਗ ਕਰੀ ਰਾਮਕਰਨ ਸਿੰਘ ਸੈਕਟਰੀ ਜਨਰਲ ਪੰਜਾਬ ਈਕੇ ਚੂ ਲਖੋਵਾਲ ਅੱਜ ਜਿਹੜੀ ਅਸੀਂ ਮੀਟਿੰਗ ਕਰੀ ਹੈ ਇਹ ਸਾਡਾ ਆ 27 ਸਤੰਬਰ ਨੂੰ ਸਾਰਾ ਸਾਡਾ ਹਿੰਦੁਸਤਾਨ ਬੰਦ ਹੈ ਇਹ ਕਾਲੇ ਕਾਨੂੰਨ ਨੂੰ ਲੈ ਕੇ ਵੀ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਹੈ ਇਹਦੇ ਵਿਰੋਧ ਵਿੱਚ ਸਾਰਾ ਹਿੰਦੁਸਤਾਨ ਬੰਦ ਹੈ ਜਿੱਥੇ ਸਾਡਾ ਹਜ਼ਾਰਾਂ ਧਰਨੇ ਲੱਗ ਜਾਣਗੇ ਸਾਰੇ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਸੇ ਤਹਿਤ ਅਸੀਂ ਇੱਥੇ ਬਠਿੰਡੇ ਘਨੱਈਆ ਚੌਂਕ ਹੋ ਗਿਆ ਸੰਗਤ ਕੈਂਚੀਆਂ ਹੋ ਗਈਆਂ ਮੋੜ ਹੋ ਗਿਆ ਇੱਥੇ ਵੀ ਇਹਦੀਆਂ ਅਸੀਂ ਡਿਊਟੀਆਂ ਲਾਈਆਂ ਇਹਨੂੰ ਸਫਲ ਬਣਾਉਣ ਵਾਸਤੇ ਅਸੀਂ ਅੱਜ ਇੱਥੇ ਮੀਟਿੰਗ ਕਰੀ ਹੈ ਅਗਲੀ ਜਿਹੜੀ ਸਾਡਾ ਹੈਗਾ ਪ੍ਰੋਗਰਾਮ ਉਹ ਜਿਹੜਾ ਸਾਡਾ ਆਹ ਨਰਮਾ ਹੈ ਪਹਿਲਾਂ ਗੁਲਾਬੀ ਸੁੰਡੀ ਖਾ ਗਈ ਅਤੇ ਜਿਹੜਾ ਬੀ ਹੈ ਬੀ ਦੇ ਵਿੱਚ ਮਿਲਾਵਟ ਆਈ ਹੈ ਅਸਲੀ ਬੀ ਨਹੀਂ ਆਇਆ ਹੈ ਬੀ 'ਚ ਉਹ 'ਚ ਮਿਲਾਵਟ ਆਈ ਹੈ ਅਤੇ ਖੇਤੀਬਾੜੀ ਵਾਲਿਆਂ ਨੇ ਇੱਧਰ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਬਾਰਿਸ਼ਾਂ ਪੈਣ ਕਾਰਨ ਪਿੱਛੇ ਭਾਰੀ ਬਾਰਿਸ਼ਾਂ ਹੁਣ ਵੀ ਭਾਰੀ ਬਾਰਿਸ਼ਾਂ ਪਈਆਂ ਜਿਹਦਾ ਕਰਕੇ ਸਾਰਾ ਫੁੱਲ ਫਲ ਝੜ ਗਿਆ ਅਤੇ ਹੁਣ ਨਰਮੇ ਦੇ ਟੀਂਡੇ ਗਣ ਲੱਗ ਗਏ ਇਹਦੇ ਕਰਕੇ ਜਿਹੜਾ ਇਹ ਮਾਲਵਾ ਏਰੀਆ ਨਰਮਾ ਪੱਟੀ ਸਾਰਾ ਇੱਥੇ 50% ਇਹਦਾ ਨੁਕਸਾਨ ਹੋ ਗਿਆ ਅਸੀਂ ਮੰਗ ਕੀਤੀ ਅੱਜ ਪੰਜਾਬ ਸਰਕਾਰ ਤੋਂ ਵੀ ਇਹਦੀ ਗਰਦੌਰੀ ਕਰਵਾ ਕੇ ਇਹ ਜਿਹੜਾ ਕਿਸਾਨਾਂ ਦਾ ਹੋਇਆ ਨੁਕਸਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜੇ ਮੁਆਵਜ਼ਾ ਨਾ ਦਿੱਤਾ ਫਿਰ ਅਸੀਂ ਸੰਯੁਕਤ ਮੋਰਚੇ ਰਾਹੀਂ ਗੱਲ ਕਰਕੇ ਅਗਲਾ ਸੰਘਰਸ਼ ਦੇ ਪੰਜਾਬ ਸਰਕਾਰ ਦੇ ਖਿਲਾਫ਼ ਕਰਾਂਗੇ ਅਤੇ ਇਹ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਹ ਕੋਈ ਖਰਚ ਬਹੁਤ ਕਰਤਾ ਅਤੇ ਨਰਮਾ ਅੱਧਾ ਹੀ ਰਹਿ ਗਿਆ ਜਿੱਥੇ 30 ਮਣ ਝਾੜਨਾ ਸੀ 15 ਮਣ ਹੀ ਰਹਿ ਗਿਆ ਸਾਰਾ ਖਰਾਬ ਕਰਤਾ ਅਤੇ ਇਸ ਕਰਕੇ ਅਸੀਂ ਕਾਲੇ 3 ਕਾਨੂੰਨਾਂ 'ਤੇ ਵੀ ਸਾਡੀ ਲੜਾਈ ਜਾ ਰਹੀ ਹੈ ਉਹ ਅਸੀਂ 22 ਤਰੀਕ ਨੂੰ ਇੱਥੋਂ ਸਾਡਾ ਜਥਾ ਜਾ ਰਿਹਾ ਟਿਗਰੀ ਬਾਰਡਰ 'ਤੇ ਇਸੇ ਤਰ੍ਹਾਂ ਅਸੀਂ ਜਥੇ ਭੇਜ ਰਹੇ ਹਾਂ ਅਤੇ ਉਹਨਾਂ 'ਚ ਸਾਡੇ ਸੰਘਰਸ਼ ਇਹ ਜਾਰੀ ਰਹੂਗਾ ਜਿੰਨਾ ਚਿਰ 3 ਕਾਲੇ ਕਾਨੂੰਨ ਇਹ ਵਾਪਸ ਨਹੀਂ ਲੈਂਦਾ ਅਤੇ MSC 'ਤੇ ਗਰੰਟੀ ਨਹੀਂ ਦਿੰਦੇ ਸੰਘਰਸ਼ ਸਾਡਾ ਜਾਰੀ ਰਹੂਗਾ ਕਾਨੂੰਨੀ ਗਰੰਟੀ ਅਸੀਂ ਲੈ ਕੇ ਛੱਡਾਂਗੇ ਕਾਨੂੰਨ ਅਸੀਂ ਰੱਦ ਕਰਾ ਕੇ ਛੱਡਾਂਗੇ ਇਹ ਸਾਡੇ ਸੰਘਰਸ਼ ਉਹਨਾਂ ਚਿਰ ਜਾਰੀ ਰਹੂਗਾ।